ਸਤਿ ਸ੍ਰੀ ਅਕਾਲ ਨਮਸਤੇ ਸਲਾਮ ਅਦਾਬ ਜੀ ਮੈਂ ਤੁਹਾਡਾ ਆਪਣਾ ਜੱਸੀ ਨਿਹਾਲੂ ਵਾਲ ਪਿਛਲੇ ਦਿਨੀ ਅਸੀਂ ਇੱਕ ਵੀਡੀਓ ਪਾਈ ਸੀ ਜਿਸ ਵਿੱਚ ਅਸੀਂ ਜਿੰਨੇ ਵੀ ਨਵੇਂ ਗਾਉਣ ਵਾਲੇ ਟੈਲੈਂਟਡ ਗੀਤਕਾਰ ਸੰਗੀਤਕਾਰ ਸਾਰਿਆਂ ਲਈ ਇੱਕ ਮਾਹੀਵੇ 뮤ਜ਼ਿਕ ਕੰਪਨੀ ਵੱਲੋਂ ਆਫਰ ਦਿੱਤਾ ਸੀ ਕਿ ਜੋ ਵੀ ਟੈਲੈਂਟਡ ਬੱਚਾ ਹੈ ਉਹ ਮਾਹੀਵੇ 뮤ਜ਼ਿਕ ਕੰਪਨੀ ਨਾਲ ਸੰਪਰਕ ਕਰੇ ਤੇ ਮਾਹੀਵੇ 뮤ਜ਼ਿਕ ਕੰਪਨੀ ਵੱਲੋਂ ਫ੍ਰੀ ਆਫ ਕਾਸਟ ਇੱਕ ਟਰੈਕ ਕਰਕੇ ਵੀਡੀਓ ਬਣਾ ਕੇ ਉਸ ਨੂੰ ਮਾਰਕੀਟ ਵਿੱਚ ਰਿਲੀਜ਼ ਕੀਤਾ ਜਾਊਗਾ ਮੈਂ ਧੰਨਵਾਦੀ ਹਾਂ ਸਾਰਿਆਂ ਦਾ ਬਹੁਤ ਸਾਰੀਆਂ ਕੌਲਾਂ ਆਈਆਂ ਆ ਰਹੀਆਂ ਨੇ ਤੇ ਸਾਰਿਆਂ ਦਾ ਸਹਿਯੋਗ ਮਿਲ ਰਿਹਾ ਪਰ ਬਹੁਤ ਸਾਰੇ ਸਾਡੇ ਸਾਥੀ ਕਲਾਕਾਰ ਜਿਹੜੇ ਨੇ ਉਹ ਵੀ ਕੌਲਾਂ ਕਰ ਰਹੇ ਨੇ ਕਿ ਸਾਡਾ ਵੀ ਟਰੈਕ ਕਰ ਦੋ ਸਾਡਾ ਵੀ ਕਰ ਦਿਓ ਲੇਕਿਨ ਮੈਂ ਦੱਸਣਾ ਚਾਹੁੰਦਾ ਕਿ ਇਹ ਕੰਪਨੀ ਵੱਲੋਂ ਸਿਰਫ ਨਵੇਂ ਕਲਾਕਾਰਾਂ ਲਈ ਹੀ ਮੌਕਾ ਹੈ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਹੜੇ ਵੀ ਆਰਟਿਸਟ ਇੰਡਸਟਰੀ ਵਿੱਚ ਪਹਿਲਾਂ ਤੋਂ ਕੰਮ ਕਰ ਰਹੇ ਨੇ ਉਹਨਾਂ ਲਈ ਉਹ ਸਾਨੂੰ ਆ ਕੇ ਮਿਲਣ ਅਸੀਂ ਜੋ ਹੋ ਸਕਦਾ ਉਹਨਾਂ ਦੀ ਹੈਲਪ ਜ਼ਰੂਰ ਕਰਾਂਗੇ ਪਰ ਇਹ ਆਫਰ ਜਿਹੜਾ ਇਹ ਕੰਪਨੀ ਵੱਲੋਂ ਨਵੇਂ ਮੁੰਡੇ ਕੁੜੀਆਂ ਨੂੰ ਟੈਲੈਂਟਡ ਮੁੰਡੇ ਕੁੜੀਆਂ ਨੂੰ ਇੰਡਸਟਰੀ ਵਿੱਚ ਲੈ ਕੇ ਆਉਣ ਲਈ ਆਫਰ ਰੱਖਿਆ ਗਿਆ ਹੈ ਸੋ ਅਸੀਂ ਇਸ ਲਈ ਹੁਣ ਆਡੀਸ਼ਨ ਸ਼ੁਰੂ ਕਰ ਰਹੇ ਆ ਚਾਰ ਸੰਡੇ ਅਸੀਂ ਆਡੀਸ਼ਨ ਰੱਖਾਂਗੇ ਨਵੇਂ ਸਾਲ ਵਿੱਚ ਅਸੀਂ ਟਰੈਕ ਰਿਲੀਜ਼ ਕਰਾਂਗੇ ਸੰਡੇ ਦੀ ਸੰਡੇ ਆਡੀਸ਼ਨ ਹੋਏਗਾ ਜਿਨ੍ਹਾਂ ਨੇ ਵੀ ਆਡੀਸ਼ਨ ਦੇਣਾ ਉਹ ਪਹਿਲਾਂ ਤਾਂ ਫੋਨ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਕੰਪਨੀ ਦੇ ਨੰਬਰ ਅਸੀਂ ਥੱਲੇ ਡਿਸਕ੍ਰਿਪਸ਼ਨ ਵਿੱਚ ਦੇ ਦਵਾਂਗੇ ਉਹਨਾਂ ਫੋਨ ਤੇ ਫੋਨ ਨੰਬਰਸ ਤੇ ਕਾਲ ਕਰਕੇ ਤੁਸੀਂ ਸੰਪਰਕ ਕਰ ਸਕਦੇ ਹੋ ਜਲੰਧਰ ਸਾਡਾ ਸਟੂਡੀਓ ਹੈ ਸਟੂਡੀਓ ਆ ਕੇ ਸੰਡੇ ਤੁਸੀਂ ਜਿਨੇ ਵੀ ਆਡੀਸ਼ਨ ਦੇਣਾ ਜਿਹੜਾ ਵੀ ਕੋਈ ਟੈਲੈਂਟਡ ਬੱਚਾ ਹੈ ਆਰਟਿਸਟ ਹੈ ਉਹ ਕੰਪਨੀ ਨਾਲ ਕੰਮ ਕਰਨਾ ਚਾਹੁੰਦਾ ਹੈ ਤਾਂ ਸੰਡੇ ਓਡੀਸ਼ਨ 9 ਵਜੇ ਤੋਂ ਸਟਾਰਟ ਹੋਊਗਾ ਤੁਸੀਂ ਪਹੁੰਚ ਕੇ ਓਡੀਸ਼ਨ ਦਿਓ ਜਿਹੜੇ ਵੀ ਟੈਲੈਂਟਡ ਬੱਚੇ ਹੋਏ ਚਾਹੇ ਉਹ 1 2 4 10 ਜਿੰਨੇ ਵੀ ਹੋਣਗੇ ਅਸੀਂ ਸਾਰਿਆਂ ਦੇ ਹੀ 뮤직 ਟਰੈਕ ਕਰਕੇ ਆਪਣੇ ਕੋਲੋਂ ਵੀਡੀਓ ਔਰ ਸਾਰੀ ਪ੍ਰੋਮੋਸ਼ਨ ਕਰਾਂਗੇ ਕਿਸੇ ਤੋਂ 1 ਰੁਪਿਆ ਨਹੀਂ ਲਵਾਂਗੇ ਬਸ ਮੇਰੀ ਇਹੀ ਰਿਕਵੈਸਟ ਹੈ ਕਿ ਜਿਹੜੇ ਸਾਡੇ ਦੋਸਤ ਆਲਰੇਡੀ ਮਾਰਕੀਟ ਵਿੱਚ ਕੰਮ ਕਰ ਰਹੇ ਨੇ ਗਾਇਕ ਨੇ ਉਹ ਸਾਨੂੰ ਏ ਕਾਲ ਨਾ ਕਰਨ ਕਿ ਸਾਡਾ ਵੀ ਗਾਣਾ ਕਰ ਦਿਓ ਸਾਨੂੰ ਵੀ ਮੌਕਾ ਦੇ ਦਿਓ ਕਿਉਂਕਿ ਤੁਸੀਂ ਤਾਂ ਆਲਰੇਡੀ ਮਾਰਕੀਟ ਵਿੱਚ ਹੋ ਅਸੀਂ ਤੁਹਾਡੇ ਨਾਲ ਆ ਜਿੱਥੋਂ ਤੱਕ ਹੋ ਸਕਿਆ ਸਾਡੀ ਹੈਲਪ ਦੀ ਲੋੜ ਆ ਅਸੀਂ ਕਰਾਂਗੇ ਪਰ ਲੇਕਿਨ ਇਹ ਆਫਰ ਜਿਹੜਾ ਇਹ ਨਵੇਂ ਮੁੰਡੇ ਕੁੜੀਆਂ ਲਈ ਆ ਮੈਂ ਸਾਰਿਆਂ ਨੂੰ ਫੇਰ ਦੁਬਾਰਾ ਬੇਨਤੀ ਕਰਦਾ ਕਿ ਜੋ ਵੀ ਨਵਾਂ ਟੈਲੈਂਟ ਜਿਹੜਾ ਲੁਕਿਆ ਛੁਪਿਆ ਪਿਆ ਕਿਸੇ ਕਾਰਨ ਅਸੀਂ ਇਹ ਨਹੀਂ ਕਹਿੰਦੇ ਕਿ ਕੋਈ ਗਰੀਬ ਕੋਈ ਨਹੀਂ ਹੈ ਮਜਬੂਰੀ ਕਾਰਨ ਕੋਈ ਮਜਬੂਰੀ ਕਾਰਨ ਕਿਸੇ ਤਰ੍ਹਾਂ ਦਾ ਕੋਈ ਟੈਲੈਂਟ ਲੁਕਿਆ ਤੇ ਅਸੀਂ ਕੋਸ਼ਿਸ਼ ਕਰਾਂਗੇ ਪ੍ਰਮਾਤਮਾ ਦੀ ਕਿਰਪਾ ਨਾਲ ਅਗਰ ਤੁਹਾਡਾ ਸਬਦ ਦਾ ਸਾਥ ਰਿਹਾ ਤੇ ਉਹਨੂੰ ਇੰਡਸਟਰੀ ਵਿੱਚ ਲੈ ਕੇ ਆਵਾਂਗੇ ਮਾਰਕੀਟ ਵਿੱਚ ਲਾਂਚ ਕਰਾਂਗੇ ਵੀਡੀਓ ਵੀ ਬਣਾਵਾਂਗੇ ਮੇਰੀ ਵਾਰ-ਵਾਰ ਇਹੀ ਬੇਨਤੀ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਜਿੰਨੇ ਵੀ ਟੈਲੈਂਟਡ ਬੱਚੇ ਨੇ ਉਹ ਕੋਈ ਵੀ ਸਾਡੇ ਇਸ ਆਫਰ ਤੋਂ ਵਾਂਝਾ ਨਾ ਰਵੇ ਅਸੀਂ ਇਹ 4 ਵੀਕ ਆਡੀਸ਼ਨ ਰੱਖਾਂਗੇ ਸੰਡੇ ਦੀ ਸੰਡੇ ਨੈਕਸਟ ਸੰਡੇ ਤੋਂ ਅਸੀਂ ਆਡੀਸ਼ਨ ਸ਼ੁਰੂ ਕਰ ਰਹੇ ਹਾਂ ਜਿਨ੍ਹਾਂ ਨੇ ਵੀ ਆਡੀਸ਼ਨ ਵਿੱਚ ਭਾਗ ਲੈਣਾ ਉਹ ਸਾਡੇ ਦਿੱਤੇ ਹੋਏ ਫੋਨ ਨੰਬਰਾਂ ਤੇ ਸੰਪਰਕ ਕਰਨ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ